मेरी पंजाब दे मुख्यमंत्री डीजीपी पंजाब ते केंद्र दियां जिहड़ियां एजेंसीज ने उन्हां नूं मेरी अपील है कि अमृतपाल दी वाइफ जिहड़ी ब्रिटिश सिटीजन सीगी उहदा ओवरस्टे होण करके जो चैनलों के उत्ते चल रहा वह वापस जिहड़ी उह इंग्लैंड चली सी अज अमृतसर एयरपोर्ट के उत्ते उहनूं डिटेन कर लिया गया पुछगिछ दे नां दे उत्ते। सवाल एक छोटा जिहा इह है कि जे उहदे कोलों पुछगिछ करनी सी ते इन्ने दिनां तों घर ही सी आपणे ते उदों तक उहदे कोलों पुछगिछ क्यों नहीं कीती गई जां तुहाडी पुछगिछ मुकम्मल क्यों नहीं हुई। किसी नूं वी जान लग्गिआं पबलिक च जलील करना किन्ना क जायज़ है। इस तों पहलां वी तो काफ़ी लंबे समय तो अमृतपाल नूं वी मेरे ख्याल महीना हो गया भगौड़ा होए नूं उस तों पहलां उहदी पुछगिछ कीती जा सकती सीगी। इस तरीके उत्थे रोकना किन्ना क जायज़ है। कुछ गल्लां मैं तुहानूं कहणियां चाहुंदा कि 10 फरवरी नूं उहदी शादी हुंदी है, 10 फरवरी नूं उहदा विआह हुंदा अमृतपाल दे नाल, 18 मार्च नूं ਉਹ ਭਗੌੜਾ ਹੋ ਜਾਂਦਾ ਵਾ, ਉਹ ਚਲੇ ਜਾਂਦਾ ਪੰਜਾਬ ਪੁਲਿਸ ਕੇਂਦਰ ਦੀਆਂ ਏਜੰਸੀਆਂ ਉਹਦੇ ਪਿੱਛੇ ਲੱਗ ਜਾਂਦੀਆਂ ਜਿਹੜਾ ਅਜੇ ਤੱਕ ਉਹਨਾਂ ਨੂੰ ਲੱਭਾ ਨਹੀਂ। ਕਰੀਬ ਇੱਕ ਮਹੀਨਾ ਉਹਦੀ ਸ਼ਾਦੀ ਨੂੰ ਹੋਇਆ ਸੀਗਾ ਜਦੋਂ ਉਹ ਇਕੱਠੇ ਰਹੇ ਨੇ। ਇੱਕ ਮਹੀਨੇ ਦੇ ਵਿੱਚ ਕਿਹੜੀ ਉਹਨੇ ਖਾਲਿਸਤਾਨ ਦੀ ਐਡੀ ਸਾਜ਼ਿਸ਼ ਕਰ ਦਿੱਤੀ, ਕਿਹੜੀ ਦੇਸ਼ ਵਿਰੋਧੀ ਉਹਨੇ ਨੀਤੀ ਘੜ ਦਿੱਤੀ, ਇਹ ਵੀ ਤਾਂ ਲੋਕਾਂ ਨੂੰ ਦੱਸਿਆ ਜਾਵੇ। ਨਾ ਉਹਦੀ ਕੋਈ ਸਟੇਟਮੈਂਟ ਹੈ, ਨਾ ਉਹਦੀ ਕੋਈ ਵੀਡੀਓ ਹੈ ਕਿ ਜਿਹਦੇ ਵਿੱਚ ਉਹ ਦੇਸ਼ ਧਰੋਹ ਦੇ ਉੱਤੇ NSA ਲੱਗਦਾ ਹੋਵੇ ਜਾਂ ਉਹਨੂੰ ਕਿਤੇ ਡਿਟੇਨ ਕੀਤਾ ਜਾਵੇ। ਕੁਛ ਵੀ ਉਹਦਾ ਇਹੋ ਜਿਹਾ ਅਜੇ ਤੱਕ ਸਾਹਮਣੇ ਨਹੀਂ ਆਇਆ। ਇੱਕ ਗੱਲ ਮੈਂ ਕਹਿਣੀ ਚਾਹੁੰਦਾ ਵੀ ਕਿਤੇ ਵੀ ਇਹ ਮਰਦ ਪ੍ਰਧਾਨ ਦੇਸ਼ ਹੈ, ਇੱਥੇ ਹਰ ਜਗ੍ਹਾ ਦੇ ਉੱਤੇ ਮਰਦ ਹੀ ਪ੍ਰਧਾਨ ਹੈ, ਔਰ ਜਦੋਂ ਘਰ ਦਾ ਮੁਖੀ ਜ਼ਿੰਮੇਵਾਰ ਹੋਵੇ ਕਿਸੇ ਕੇਸ ਦੇ ਵਿੱਚ, ਚਾਹੇ ਉਹ ਕ੍ਰਿਮੀਨਲ ਹੋਵੇ ਚਾਹੇ ਉਹ ਕਿਸੇ ਤਰੀਕੇ ਦਾ ਵੀ ਕੇਸ ਹੋਵੇ, ਤਾਂ ਉਹਦੇ ਵਿੱਚ ਪਰਿਵਾਰ ਦਾ ਕੀ ਕਸੂਰ ਹੁੰਦਾ, ਪਰਿਵਾਰ ਨੂੰ ਵਿੱਚ ਉਹਦੇ ਕੋਲ ਇਨਵੋਲਵ ਕਰ ਲਿਆ ਜਾਂਦਾ, ਚਾਹੇ ਉਹ ਕਿਸੇ ਦੀ ਵਾਈਫ ਹੈ, ਚਾਹੇ ਉਹ ਕਿਸੇ ਦੀ ਭੈਣ ਹੈ, ਚਾਹੇ ਉਹ ਕਿਸੇ ਦਾ ਬੱਚਾ ਹੈ। ਇਹ ਜਿਹੜੇ ਰਿਵਾਜ ਅਕਾਲੀ ਕਾਂਗਰਸੀਆਂ ਨੇ ਪਾਏ ਸੀਗੇ, ਉਹ ਵੀ ਲੋਕਾਂ ਦੇ ਉੱਤੇ ਪ੍ਰੈਸ਼ਰ ਬਣਾਉਣ ਲਈ, ਜਦੋਂ ਉਹਨਾਂ ਦੀ ਕੋਈ ਗੱਲ ਨਹੀਂ ਸੀ ਮੰਨਦਾ ਜਾਂ ਕਾਬੂ ਨਹੀਂ ਸੀ ਆਉਂਦਾ ਤੇ ਉਹਨਾਂ ਦੇ ਬੱਚਿਆਂ ਦੇ ਉੱਤੇ ਪਰਚੇ ਦੇ ਦੇਣੇ, ਉਹਨਾਂ ਦੀਆਂ ਘਰ ਦੀਆਂ ਜਿਹੜੀਆਂ ਫੀਮੇਲ ਮੈਂਬਰ ਸੀਗੀਆਂ ਉਹਨਾਂ ਦੇ ਉੱਤੇ ਪਰਚੇ ਦੇ ਦੇਣੇ। ਮੇਰੇ ਹੀ ਅੰਮ੍ਰਿਤਪਾਲ ਦੇ ਨਾਲ ਕੋਈ ਹਮਦਰਦੀ ਨਹੀਂ ਹੈ, ਪਰ ਜਿਹੜੀ ਉਹਦੀ ਵਾਈਫ ਹੈ ਉਹ ਬਾਹਰਲੇ ਮੁਲਕ 'ਚੋਂ ਆਈ, ਉਹਨੇ ਉਹਦੇ ਨਾਲ ਵਿਆਹ ਕਰਾ ਲਿਆ, ਉਹ ਸਾਡੀਆਂ ਬੱਚੀਆਂ ਵਰਗੀ ਹੈ, ਭੈਣਾਂ ਵਰਗੀ ਹੈ। ਔਰਤ ਦੀ ਇੱਜ਼ਤ ਜਿਹੜੀ ਉਹ ਸਰਕਾਰ ਨੂੰ ਕਰਨੀ ਚਾਹੀਦੀ ਹੈ। ਸੋ ਮੇਰੀ ਅਪੀਲ ਹੈ ਕਿ ਬਿਨਾਂ ਕਿਸੇ ਠੋਸ ਸਬੂਤ ਤੋਂ ਅੰਮ੍ਰਿਤਪਾਲ ਕੀ ਕਿਸੇ ਦੇ ਵੀ ਪਰਿਵਾਰ ਦੇ ਜੀ ਨੂੰ, ਖਾਸ ਕਰਕੇ ਜਿੱਥੇ ਫੀਮੇਲ ਆ ਜਾਵੇ ਉਹਨੂੰ ਤੰਗ ਹੀ ਨਹੀਂ ਕਰਨਾ ਚਾਹੀਦਾ, ਕਿਸੇ ਬੱਚੀ ਨੂੰ, ਕਿਸੇ ਔਰਤ ਨੂੰ, ਕਿਸੇ ਮਤਲਬ ਧੀ ਭੈਣ ਨੂੰ। ਸੋ ਮੇਰੀ ਅੰਮ੍ਰਿਤਪਾਲ ਨੂੰ ਵੀ ਬੇਨਤੀ ਹੈ ਵੀ ਇੰਨੀ ਖੱਜਲ ਖੁਆਰੀ ਪਰਿਵਾਰ ਦੀ ਵੀ ਹੋਣ ਡਈ ਹੈ ਤੇ ਤੂੰ ਵੀ ਵੀਰ ਸਰੈਂਡਰ ਕਰ, ਕੀ ਤੈਨੂੰ ਹੁਣ ਮਤਲਬ ਇੱਥੇ ਕੋਈ ਗੋਲੀ ਮਾਰ ਦੂਗਾ, ਵੱਧ ਤੋਂ ਵੱਧ ਤੈਨੂੰ ਜੇਲ੍ਹ ਦੇ ਵਿੱਚ ਭੇਜ ਦੇਣਗੇ, ਸਾਲ 2 ਸਾਲ ਜਿੰਨਾ ਚਿਰ ਤੇਰਾ ਲੱਗੂ ਜੇਲ੍ਹ ਦੇ ਵਿੱਚ ਲੱਗੂ, ਤੇਰੇ ਪਰਿਵਾਰਕ ਮੈਂਬਰ ਵੀ ਇਸ ਇਹਦੇ ਵਿੱਚ ਇਨਵੋਲਵ ਹੋ ਰਹੇ ਆ। ਔਰ ਦੁੱਖ ਕੀ ਲੱਗਦਾ, ਅੱਜ ਕਈ ਚੈਨਲਸ ਦੇ ਉੱਤੇ ਜਦੋਂ ਉਹਨੂੰ ਰੋਕਿਆ ਗਿਆ ਉਹ ਉਹਦੇ ਉੱਤੇ ਚੈਨਲਾਂ ਦੇ ਉੱਤੇ ਟੈਗਲਾਈਨ ਚਲਾਉਣੀ ਸ਼ੁਰੂ ਕਰ ਦਿੱਤੀ ਕਿ ਅੰਮ੍ਰਿਤਸਰ ਤੋਂ ਲੰਡਨ ਭੱਜਣ ਦੀ ਫਰਾਕ ਸੀਗੀ ਅੰਮ੍ਰਿਤਪਾਲ ਦੀ ਘਰ ਵਾਲੀ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਚੈਨਲ ਵਾਲਿਆਂ ਨੂੰ ਵੀ ਕਿ ਅੱਗੇ ਜਦੋਂ ਅੰਮ੍ਰਿਤਪਾਲ ਇੱਥੇ ਸੀਗਾ ਉਦੋਂ ਭਾਈ ਸਾਹਿਬ ਕਹਿ ਕੇ ਭੂਏ ਵੀ ਤੁਸੀਂ ਚੜਾਇਆ ਸੀਗਾ, ਅੱਜ ਉਹ ਭੱਜਣ ਦੀ ਫਰਾਕ ਸੀਗੀ। ਏਅਰਪੋਰਟ ਤੇ ਗਈ ਹੈ, ਉੱਥੇ ਚੈੱਕ ਪੋਸਟਾਂ ਨੇ, ਉੱਥੇ ਏਜੰਸੀਜ਼ ਨੇ ਸਾਰੀਆਂ ਕੰਮ ਕਰਦੀਆਂ ਜਿਨ੍ਹਾਂ ਉਹਨੂੰ ਰੋਕ ਲਿਆ, ਉਹ ਕੋਈ ਡੌਂਕੀ ਲਾ ਕੇ ਚੱਲੀ ਸੀਗੀ, ਮਤਲਬ ਵੀ ਉਹ ਭੱਜਣ ਦੀ ਫਰਾਕ ਦੇ ਵਿੱਚ ਸੀਗਾ। ਸੋ ਖਬਰਾਂ ਨੂੰ ਇੰਨਾ ਸਨਸਨੀਖੇਜ ਨਾ ਬਣਾਇਆ ਜਾਵੇ। ਦੂਜੀ ਮੇਰੀ ਫਿਰ ਮੈਂ ਇਸ ਮਸਲੇ ਨੂੰ ਕੋਈ ਬਹੁਤਾ ਤੂਲ ਨਹੀਂ ਦੇਣਾ ਚਾਹੁੰਦਾ, ਜਿੱਥੇ ਮਤਲਬ ਨਹੀਂ ਠੀਕ ਲੱਗਦਾ ਉੱਥੇ ਜਿੱਥੇ ਸਰਕਾਰ ਚੰਗਾ ਕੰਮ ਕਰਦੀ ਉਹਦੀ ਪ੍ਰੇਜ਼ ਵੀ ਕਰੀਦੀ ਆ, ਚਾਹੇ ਉਹ ਅੰਮ੍ਰਿਤਪਾਲ ਦੇ ਉੱਤੇ ਜਿਹੜਾ ਐਕਸ਼ਨ ਲਿਆ ਸੀਗਾ, ਦੂਜਾ ਜਿੱਥੇ ਨਹੀਂ ਠੀਕ ਲੱਗਦਾ ਉਹਦੇ ਖਿਲਾਫ ਮਤਲਬ ਬੋਲਦਾ ਵੀ ਜ਼ਰੂਰ ਆ। ਮੇਰੀ ਇੱਕ ਅਪੀਲ ਹੈ ਕਿ ਜੇ ਉਹਦੀ ਵਾਈਫ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ, ਪਹਿਲੀ ਗੱਲ ਜੇ ਠੋਸ ਸਬੂਤ ਹੁੰਦੇ ਤਾਂ ਫਿਰ ਉਹ 1 ਮਹੀਨੇ ਤੋਂ ਇੱਥੇ ਸੀਗੀ, ਹੁਣ ਤੱਕ ਤੁਹਾਨੂੰ ਮਤਲਬ ਕੋਈ ਐਕਸ਼ਨ ਲੈਣਾ ਚਾਹੀਦਾ ਸੀਗਾ। ਇਸ ਤਰੀਕੇ ਕਿਸੇ ਨੂੰ ਜਲੀਲ ਕਰਨਾ ਜਾਂ ਇਸ ਤਰੀਕੇ ਉਸ ਬੰਦੇ ਦੇ ਉੱਤੇ ਪ੍ਰੈਸ਼ਰ ਬਣਾਉਣਾ, ਮੈਂ ਇਹਨੂੰ ਕੋਈ ਜਾਇਜ਼ ਜਾਂ ਮਰਦਾਂ ਵਾਲਾ ਕੰਮ ਨਹੀਂ ਗਿਣਦਾ। ਸੋ ਮੇਰੀ ਤੁਹਾਨੂੰ ਅਪੀਲ ਹੈ ਕਿ ਇਹਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਗਰੇਜ ਕੀਤਾ ਜਾਵੇ, ਕੋਈ ਫੀਮੇਲ ਮੈਂਬਰਾਂ ਨੂੰ, ਪਰਿਵਾਰਕ ਮੈਂਬਰਾਂ ਨੂੰ ਨਾ ਤੰਗ ਕੀਤਾ ਜਾਵੇ। ਇੰਨੀ ਕੁ ਮੇਰੀ ਅਪੀਲ ਹੈ ਕਿ ਸੋਚ ਸਮਝ ਤੋਂ ਕੰਮ ਲਿਆ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਤੁਹਾਡੀ ਇੱਜ਼ਤ ਜਿਹੜੀ ਬਣੀ ਹੈ ਉਹ ਬਣੀ ਰਹੇ, ਉਹਦੇ ਤੋਂ ਲੋਕ ਮੁਨਕਰ ਨਾ ਹੋ ਜਾਣ, ਤੁਹਾਡੇ ਦੁਆਲੇ ਨਾ ਹੋ ਜਾਣ। ਸੋ ਮੈਂ ਅਖੀਰ 'ਚ 2 ਲੈਣਾ ਕਹਿ ਕੇ ਸਾਰੀ ਸਰਕਾਰ ਨੂੰ, ਇਸ ਵਿੱਚੇ ਚੈਨਲ ਵਾਲੇ ਦੇ ਵਿੱਚੇ ਸਰਕਾਰ ਨੂੰ ਕਿ ਸਮਾਪਤੀ ਕਰਨ ਲੱਗਾ ਕਿ ਤੂਫਾਨੋ ਸੇ ਆਂਖ ਮਿਲਾਓ ਸੈਲਾਬੋ ਪਰ ਵਾਰ ਕਰੋ, ਤੂਫਾਨੋ ਸੇ ਆਂਖ ਮਿਲਾਓ ਸੈਲਾਬੋ ਪਰ ਵਾਰ ਕਰੋ, ਮਲਾਹੋ ਕਾ ਚੱਕਰ ਛੋੜੋ ਤੈਰ ਕਰ ਦਰਿਆ ਪਾਰ ਕਰੋ।